ਦੋ ਹਥਿਆਰਬੰਦ ਲੁਟੇਰਿਆਂ ਵੱਲੋਂ ਮਨੀ ਚੇਂਜਰ ਤੋਂ ਨਕਦੀ ਲੁੱਟਣ ਦੀ ਕੋਸ਼ਿਸ਼। ਫਰੀਦਕੋਟ ਦੇ ਬਾਸੀ ਚੌਂਕ ਨੇੜੇ ਇੱਕ ਮਨੀ ਚੇਂਜਰ ਅਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਐਕਟਿਵਾ ਸਵਾਰ ਦੋ ਹਥਿਆਰਬੰਦ ਲੁਟੇਰਿਆਂ ਵੱਲੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਸਮੇਂ ਦਫ਼ਤਰ 'ਚ ਮੌਜੂਦ ਮਾਲਕ ਹਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਜਗਜੀਤ ਸਿੰਘ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਸੰਬੰਧੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸਫਲ ਹੋਣ 'ਤੇ ਲੁਟੇਰਿਆਂ ਨੇ ਪਿਸਤੌਲ ਤੋਂ 3 ਫਾਇਰ ਕੀਤੇ ਜਿਨ੍ਹਾਂ ਵਿੱਚ ਉਸ ਦਾ ਪਿਤਾ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਜਗਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੂਰਾ ਇੰਟਰਪ੍ਰਾਈਜ਼ ਦੇ ਨਾਂ 'ਤੇ ਮੇਰਾ ਮਨੀ ਐਕਸਚੇਂਜ ਦਾ ਕੰਮ ਆ ਫਰੀਦਕੋਟ ਦੇ ਵਿੱਚ। ਕੀ ਕਰਨਾ ਹੋਈ ਮੇਰੇ ਨਾਲ? ਇਹ ਦੂਜੀ ਵਾਰੀ ਘਟਨਾ ਹੋ ਗਈ। ਇੱਕ ਅੱਜ ਤੋਂ 1.5 ਸਾਲ ਪਹਿਲਾਂ ਵੀ ਮੇਰੀ ਦੁਕਾਨ 'ਚੋਂ 1 ਲੱਖ ਰੁਪਇਆ ਖੋਹ ਕੇ ਲੈ ਗਏ ਸੀ ਦਿਨ ਦਿਹਾੜੇ। ਇਸ ਵਾਰ ਫਿਰ ਮੇਰੇ ਕੋਲੋਂ 5-6 ਲੱਖ ਰੁਪਇਆ ਕੈਸ਼ ਰਾਤ ਨੂੰ ਖੋਹਦੇ ਸੀ, ਜਿਹੜਾ ਮੈਂ 1 ਨੰਬਰ ਦਾ ਕੈਸ਼ ਚੈੱਕ ਰਾਹੀਂ ਕਢਾਇਆ ਸੀ। ਮੇਰਾ ਵੈਸਟਰਨ ਯੂਨੀਅਨ ਦਾ ਕੰਮ ਆ। ਪਰ ਦੋ ਬੰਦਿਆਂ ਨੇ ਜਦੋਂ ਮੈਨੂੰ ਆ ਕੇ ਇੱਕ ਬੰਦੇ ਨੇ ਡਾਲਰ ਵਟਾਉਣ ਲਈ ਕਿਹਾ, ਮੈਂ ਡਾਲਰ ਵਟਾਉਣ ਲੱਗਾ, ਦੂਜੇ ਨੇ ਮੇਰੇ ਪਿਸਤੌਲ ਲਾ ਲਿਆ ਅਤੇ ਮੈਂ ਪਿਸਤੌਲ ਫੜ ਲਿਆ, ਗੋਲੀ ਚੱਲੀ ਮੇਰੇ ਵੱਲ ਨੂੰ, ਮੈਂ ਹੱਥ ਨਾਲ ਪਿਸਤੌਲ ਦਾ ਘੁਮਾਤਾ, ਅੰਦਰ ਫਾਇਰ 4-5 ਕੀਤੇ। ਉਸ ਤੋਂ ਬਾਅਦ ਅਸੀਂ ਹੱਥੋਂ ਪਾਈ ਹੋਏ, ਉਹਨਾਂ ਨੇ ਮੇਰੀ ਸ਼ਰਟ ਪਾੜਤੀ, ਮੈਂ ਉਹਨਾਂ ਦੀ ਪਾੜਤੀ ਸਾਰੀ, 1-2 ਉਹਨਾਂ ਨੇ ਮੇਰੇ ਮਾਰੀਆਂ, ਮੈਂ ਉਹਨਾਂ ਦੇ ਮਾਰੀਆਂ। ਉਸ ਤੋਂ ਬਾਅਦ ਉਹਨਾਂ ਨੇ ਜਦੋਂ 5-6 ਗੋਲੀ ਲਾਸਟ ਰਹਿ ਗਈ ਚਲਾਈ ਮੇਰੇ ਵੱਲ ਨੂੰ, ਮੇਰੇ ਡੈਡੀ ਸਾਹਿਬ ਫਾਦਰ ਸਾਹਿਬ ਆ ਗਏ, ਉਹਨਾਂ ਦੇ ਪੱਟ 'ਤੇ ਗੋਲੀ ਲੱਗ ਗਈ। ਅਤੇ ਤੁਹਾਡੇ ਨਾਲ ਬੱਚਾ ਵੀ ਸੀ? ਬੱਚੇ ਦੇ ਹਾਂਜੀ, ਬੱਚੇ ਨੂੰ ਵੀ ਤੀਜਾ ਬੰਦਾ ਚੱਕਦਾ ਸੀ ਪਰ ਚੱਕਰ ਨਹੀਂ ਦਿੱਤਾ। ਉਦੋਂ ਨੂੰ ਮਤਲਬ ਪਾਸੇ ਪਾਸੇ ਇਕੱਠੇ ਹੋ ਗਏ, ਅਗਵਾਹ ਕਰਦੇ ਸੀਗੇ ਜੀ, ਉਹਦੇ ਮੰਸ਼ਨ ਨਾਲ ਹੀ ਆਏ ਸੀਗੇ ਜੀ। ਲੁੱਟਦੀ ਇਹ ਸਾਰੀ ਵਾਰਦਾਤ ਦਫ਼ਤਰ 'ਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਉੱਧਰ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ DSP ਜਸਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਸੰਬੰਧੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਕਰੀਬ 7:30 ਵਜੇ ਸਾਡੇ ਇੱਥੇ ਬਾਸੀ ਚੌਂਕ ਦੇ ਵਿੱਚ ਵੋਰਾ ਏਅਰ ਟਿਕਟਿੰਗ ਅਤੇ ਮਨੀ ਐਕਸਚੇਂਜ ਦਾ ਕੰਮ ਕਰਦੇ ਨੇ ਮਿਸਟਰ ਜਗਜੀਤ ਸਿੰਘ ਵੋਰਾ, ਅਤੇ ਕੋਈ 2 ਲੁਟੇਰੇ ਜਿਹੜੇ ਸੀਗੇ ਲੁੱਟ ਦੀ ਮੰਸ਼ਾ ਦੇ ਨਾਲ ਉਹਦੇ ਦੁਕਾਨ 'ਚ ਆਏ, ਪਰ ਉਹਨਾਂ ਨੇ ਅੱਗੋਂ ਪੂਰਾ ਮੁਕਾਬਲਾ ਕੀਤਾ ਅਤੇ ਪੈਸੇ ਜਿਹੜੇ ਆ ਲੁੱਟ ਹੋਣ ਤੋਂ ਬਚ ਗਏ। ਪਰ ਉਹ ਜਾਣ ਲੱਗਿਆਂ ਉਹਨਾਂ ਦੇ ਪੱਟ ਦੇ ਵਿੱਚ ਇੱਕ ਫਾਇਰ ਮਾਰ ਗਏ, ਅਤੇ ਹੁਣ ਉਹਨਾਂ ਦੀ ਹਾਲਤ ਬਿਲਕੁਲ ਠੀਕ ਆ ਅਤੇ SVS ਹੋਸਪਿਟਲ ਦੇ ਵਿੱਚ ਉਹ ਜੇਰੇ ਇਲਾਜ ਨੇ। ਅਸੀਂ ਜਿਹੜੀ CCTV ਫੁਟੇਜ ਆ ਉਹਦੀ ਅਸੀਂ ਘੋਖ ਕਰ ਰਹੇ ਹਾਂ, ਜਿਵੇਂ ਸਾਨੂੰ ਕੋਈ ਚੀਜ਼ ਪਤਾ ਲੱਗਦੀ ਹੈ ਤਾਂ ਫਿਰ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਬਣਾਂਗੇ। ਅਸੀਂ ਹੁਣੇ ਜਸਟ ਹੋਸਪਿਟਲ ਪਹੁੰਚੇ ਹਾਂ ਅਤੇ FA ਲੌਜ ਕਰਾਂਗੇ, CCTV ਫੁਟੇਜ ਵਗੈਰਾ ਦੀ ਸਾਰੀ ਪੜਤਾਲ ਹੋਏਗੀ ਅਤੇ ਉਹ ਸਾਡਾ ਸਾਰਾ ਇਨਵੈਸਟੀਗੇਸ਼ਨ ਦਾ ਇਹ ਚੀਜ਼ਾਂ ਹਿੱਸਾ ਬਣਗੀਆਂ।